ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਮੈਂ ਸਮਝਦਾ ਕਿ ਕਹਿਣ ਵਾਸਤੇ ਤਾਂ ਕੁਛ ਨਹੀਂ ਰਿਹਾ। ਤੁਸੀਂ ਕੱਲ੍ਹ ਦਾ ਗੁਰਬਾਣੀ ਦਾ ਕੀਰਤਨ ਸੁਣਿਆ, ਜਿਸ ਤੋਂ ਉੱਤੇ ਹੋਰ ਕੋਈ ਚੀਜ਼ ਹੈ ਹੀ ਨਹੀਂ ਜੇ ਅਸੀਂ ਸਮਝ ਸਕੀਏ, ਜੇ ਅਸੀਂ ਉਹਨੂੰ ਜ਼ਿੰਦਗੀ ਵਿੱਚ ਇੰਪਲੀਮੈਂਟ ਕਰ ਸਕੀਏ, ਸਾਡੇ ਅੰਦਰ ਵੱਸ ਸਕੇ, ਉਸ ਤੋਂ ਉੱਤੇ ਹੋਰ ਕੋਈ ਚੀਜ਼ ਨਹੀਂ। ਬਾਕੀ ਤੁਸੀਂ ਬੱਚਿਆਂ ਨੂੰ ਸੁਣਿਆ, ਬੜਾ ਵਧੀਆ ਤਿਆਰੀ ਕੀਤੀ ਹੈ, ਤੁਸੀਂ ਜਥੇਦਾਰਾਂ ਨੂੰ ਸੁਣਿਆ, ਇਸ ਤੋਂ ਬਾਅਦ ਕੁਛ ਕਹਿਣ ਵਾਲਾ ਨਹੀਂ। ਮੈਂ ਕੱਲ੍ਹ ਦਾ ਸੋਚਦਾ ਸੀ, ਕੱਲ੍ਹ ਦੇ ਕਾਫੀ ਸ਼ਬਦ ਪੜ੍ਹੇ ਜਿਨ੍ਹਾਂ ਦਾ ਮਤਲਬ ਸਮਝਣ ਵਾਲਾ ਹੈ। ਨਾਨਕ ਤਿਨਾ ਬਸੰਤ ਹੈ ਜਿਨ ਘਰ ਵਸਿਆ ਕੰਤ। ਇਹ ਘਰ ਕਿਹੜਾ ਹੈ ਅਤੇ ਵਸਣਾ ਕਿਹਨੇ ਹੈ? ਉਹ ਘਰ ਆਪਣਾ ਸਰੀਰ ਹੈ, ਉਹ ਵਸਣਾ ਪਰਮਾਤਮਾ ਨੇ ਹੈ, ਉਹ ਵਸਣਾ ਸਤਿਗੁਰੂ ਨੇ ਹੈ। ਜਿਸ ਦੇ ਅੰਦਰ ਉਹ ਸਤਿਗੁਰੂ ਵਸ ਗਿਆ, ਜਿਸ ਦੇ ਅੰਦਰ ਉਹ ਪਰਮਾਤਮਾ ਵਸ ਗਿਆ, ਉਹਨੂੰ ਸਾਰਾ ਕੁਛ ਮਿਲ ਗਿਆ। ਇਹ ਚੀਜ਼ ਸਾਨੂੰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਦਰੜਾਈ। ਇੱਕ ਵਾਰੀ ਬੜੇ ਪਿਆਰ ਨਾਲ ਫਿਰ ਆਖ ਲਈਏ, ਧੰਨ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ। ਅਸੀਂ ਇਸ ਦੇਸ਼ ਵਿੱਚ, ਮੈਂ ਬੱਚੇ ਸੁਣਦੇ ਨੇ, ਮੈਂ ਇਹ ਕਹਿਣਾ ਚਾਹਾਂਗਾ, ਇਸ ਦੇਸ਼ ਵਿੱਚ ਵੀ ਸਾਰੀ ਦੁਨੀਆ ਵਿੱਚ ਬਹੁਤ ਜ਼ਿਆਦਾ ਲੜਾਈਆਂ ਪਈਆਂ ਨੇ, ਔਰ ਬਹੁਤ ਸਾਰੀਆਂ ਲੜਾਈਆਂ ਧਰਮਾਂ ਨੇ ਵੀ ਪਾਈਆਂ ਹੋਈਆਂ ਨੇ। ਕਿਤੇ ਸ਼ੀਆ ਸੁੰਨੀ ਦੀ ਲੜਾਈ ਹੋ ਰਹੀ ਹੈ, ਜੇ ਤੁਸੀਂ ਦੇਖੋ ਤੁਹਾਡਾ ਵੈਸਟ ਏਸ਼ੀਆ ਜਾਂ ਮਿਡਲ ਈਸਟ ਕਹੋ, ਸਾਰੇ ਹੀ ਉੱਥੇ ਰੌਲਾ ਪੈ ਰਿਹਾ। ਸਾਨੂੰ ਬੜਾ ਪਿਆਰਾ ਧਰਮ ਦਿੱਤਾ ਹੈ, ਇਹ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਬੜੀ ਸੋਹਣੀ ਤੁਹਾਨੂੰ ਫਿਲੋਸਫੀ ਦਿੱਤੀ ਹੈ। ਬਹੁਤ ਤੁਸੀਂ ਸੁਣਿਆ, ਬੜੀ ਵਾਰੀ ਬੜਿਆਂ ਲੀਡਰਾਂ ਨੇ 550 ਸਾਲ ਵਿੱਚ ਇਹ ਦੁਹਰਾਇਆ ਹੋਏਗਾ, ਨਾ ਹਮ ਹਿੰਦੂ ਨਾ ਮੁਸਲਮਾਨ। ਇਹ ਕਬੀਰ ਜੀ ਦਾ ਹੈਗਾ ਵੈਸੇ, ਪਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਸ਼ਬਦਾਂ ਵਿੱਚ ਗੁਰਬਾਣੀ ਵਿੱਚ ਅੰਕਿਤ ਹੈ। ਉੱਥੇ ਵੀ ਭਾਵ ਇਸੇ ਚੀਜ਼ ਤੋਂ ਨੇ ਕਿ ਨਾ ਮੈਂ ਰਮਜ਼ਾਨ ਰੱਖਦਾ, ਨਾ ਮੈਂ ਵਰਤ ਰੱਖਦਾ, ਨਾ ਮੈਂ ਤੀਰਥਾਂ 'ਤੇ ਜਾਣਾ, ਨਾ ਮੈਂ ਕਾਬੇ ਜਾਣਾ। ਕਿਉਂ? ਕਿ ਮੇਰੇ ਅੰਦਰ ਹੀ ਉਹ ਕਾਬਾ ਬਣ ਗਿਆ, ਮੇਰੇ ਅੰਦਰ ਹੀ ਉਹ ਤੀਰਥ ਬਣ ਗਿਆ, ਮੇਰੇ ਅੰਦਰ ਹੀ ਗੁਰਦੁਆਰਾ ਬਣ ਗਿਆ। ਅਸਲੀ ਘੱਟ ਤੋਂ ਘੱਟ ਉਹ ਹੁੰਦਾ ਕਿਰਪਾ ਤੋਂ ਬਿਨਾਂ ਮਿਲਦਾ ਨਹੀਂ, ਗੁਰੂ ਦੀ ਬਖਸ਼ਿਸ਼ ਤੋਂ ਮਿਲਦਾ ਨਹੀਂ, ਪਰ ਆਪਾਂ ਉਸ ਇੱਕ ਦੀ ਆਸ ਜ਼ਰੂਰ ਕਰ ਸਕਦੇ ਹਾਂ। ਫਿਰ ਉਸ ਇੱਕ ਆਸ 'ਤੇ ਜਦੋਂ ਅਸੀਂ ਚੱਲਦੇ ਹਾਂ ਤਾਂ ਸਾਡੀਆਂ ਲੜਾਈਆਂ ਮੁੱਕ ਜਾਂਦੀਆਂ ਨੇ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦਾ ਇੱਕ ਉਪਦੇਸ਼ ਹੈ ਜਿੱਥੇ ਸੱਚੇ ਪਾਤਸ਼ਾਹ ਹੁਕਮ ਕਰਦੇ ਨੇ ਕਿ ਜਿਸ ਇੱਕ ਦੀ ਅਸੀਂ ਗੱਲ ਕਰਦੇ ਹਾਂ, ਜਿਹਦੇ ਨਾਲ ਸਾਨੂੰ ਸਤਿਗੁਰੂ ਰਾਮ ਸਿੰਘ ਨੇ ਜੋੜਿਆ, ਨਾ ਉਹ ਹਿੰਦੂ ਹੈ, ਨਾ ਮੁਸਲਮਾਨ ਹੈ, ਨਾ ਉਹ ਕ੍ਰਿਸਚੀਅਨ ਹੈ, ਉਹ ਸਾਰਾ ਕੁਛ ਹੁੰਦਿਆਂ ਹੋਇਆਂ ਵੀ ਕੁਛ ਨਹੀਂ। ਅਸੀਂ ਆਪਣੇ ਅਸੂਲਾਂ 'ਤੇ ਚੱਲਦੇ ਹੋਏ ਦੂਜੇ ਦੇ ਹੱਕ ਦੀ ਰੱਖਿਆ ਕਰੀਏ ਤਾਂ ਲੜਾਈਆਂ ਸਾਰੀਆਂ ਹੀ ਮੁੱਕ ਜਾਂਦੀਆਂ ਨੇ, ਨਹੀਂ ਤਾਂ ਅੱਜ ਵੀ ਇਸ ਗੱਲ ਦੀ ਲੜਾਈ ਹੈ। ਮੈਂ ਕੱਲ੍ਹ ਹੀ ਹੰਸਪਾਲ ਜੀ ਨਾਲ ਗੱਲ ਕਰ ਰਿਹਾ ਸੀ ਕਿ ਸਾਡੇ ਲੀਡਰ ਕੀ ਕਹਿੰਦੇ ਨੇ। ਅਸੀਂ ਲੀਡਰਾਂ ਨੂੰ ਇਹ ਕਹਿ ਕੇ ਦੋਸ਼ ਦੇਣਾ ਬੜਾ ਸੌਖਾ ਹੈ
ਕਿ ਇਹ ਲੀਡਰ ਲੋਕਾਂ ਨੂੰ ਲੜਾਉਂਦੇ ਨੇ, ਪਰ ਲੀਡਰ ਤਾਂ ਉਹ ਹੀ ਕਹਿੰਦੇ ਨੇ ਜੋ ਅਸੀਂ ਸੁਣਨਾ ਚਾਹੁੰਦੇ ਹਾਂ, ਕਿਉਂਕਿ ਉਹ ਸਾਡੀਆਂ ਵੋਟਾਂ ਵਾਸਤੇ ਹੀ ਕਹਿੰਦੇ ਨੇ। ਜੇ ਤੁਹਾਨੂੰ ਲੜਾਉਂਦੇ ਨੇ ਕਿ ਤੁਸੀਂ ਉਹ ਗੱਲਾਂ ਸੁਣਨਾ, ਆਪਾਂ ਉਹ ਗੱਲਾਂ ਸੁਣਨਾ ਚਾਹੁੰਦੇ ਹਾਂ, ਤਾਂ ਹੀ ਉਹ ਗੱਲਾਂ ਕਹਿੰਦੇ ਨੇ। ਮੇਰਾ ਸਾਰਾ ਕਹਿਣ ਤੋਂ ਭਾਵ ਇਹ ਕਿ ਆਪਾਂ ਬੜੇ ਵੱਡੇ ਭਾਗਾਂ ਵਾਲੇ ਹਾਂ, ਸੱਚੀ ਮੁੱਚੀ ਬੜੇ ਵੱਡੇ ਭਾਗਾਂ ਵਾਲੇ ਹਾਂ। ਆਪਾਂ ਨੂੰ ਗੁਰਬਾਣੀ ਸੁਣਨ ਦਾ ਮੌਕਾ ਮਿਲਿਆ, ਆਪਾਂ ਨੂੰ ਸਿੱਖ ਬਣਨ ਦਾ ਮੌਕਾ ਮਿਲਿਆ। ਸੱਚ ਰੂਪ ਵਿੱਚ ਧਰਮ ਕੋਈ ਵੀ ਮਾੜਾ ਨਹੀਂ, ਮੈਂ ਕਿਸੇ ਧਰਮ ਨੂੰ ਵੀ ਮਾੜਾ ਨਹੀਂ ਕਹਿੰਦਾ, ਸਾਰਿਆਂ ਨੂੰ ਸਤਿਕਾਰ ਕਹਿੰਦੇ ਹਾਂ, ਕਿਉਂਕਿ ਅਸੀਂ ਉਸ ਗੁਰੂ ਨਾਨਕ ਦੇਵ ਦੇ ਸਿੱਖ ਹਾਂ ਜਿਨ੍ਹਾਂ ਨੇ ਕਦੀ ਕਿਸੇ ਮੁਸਲਮਾਨ ਨੂੰ ਹਿੰਦੂ ਬਣਨ ਲਈ ਨਹੀਂ ਆਖਿਆ, ਸਿੱਖ ਬਣਨ ਲਈ ਨਹੀਂ ਆਖਿਆ। ਉਹਨਾਂ ਨੇ ਕਿਹਾ ਕਿ ਜੇ ਮੁਸਲਮਾਨ ਹੈ ਇਹੋ ਜਿਹਾ ਬਣ ਜਾ ਕਿ ਸਾਰਿਆਂ 'ਤੇ ਤੈਨੂੰ ਦਇਆ ਆਵੇ, ਤੂੰ ਸਾਰਿਆਂ ਵਿੱਚ ਅੱਲਾ ਦੇਖੇ, ਜੇ ਤੂੰ ਮੁਸਲਮਾਨ ਬਣਨਾ ਹੈ ਤਾਂ ਤੂੰ ਇਹੋ ਜਿਹਾ ਮੁਸਲਮਾਨ ਬਣ ਜਾ। ਅਸੀਂ ਉਸ ਦੇ ਸਿੱਖ ਹਾਂ, ਅਸੀਂ ਉਸ ਰਸਤੇ 'ਤੇ ਚੱਲੀਏ। ਛੋਟੀਆਂ ਛੋਟੀਆਂ ਗੱਲਾਂ ਤੋਂ ਸ਼ੁਰੂ ਹੋ ਜਾਂਦਾ ਹੈ। ਸਾਡੇ ਅੰਦਰੋਂ ਸੱਚ ਪਾਤਸ਼ਾਹ ਕਿਰਪਾ ਕਰਨ, ਈਰਖਾ ਖਤਮ ਹੋਣੀ ਸ਼ੁਰੂ ਹੋ ਜਾਵੇ। ਜਦੋਂ ਸਾਡੇ ਅੰਦਰੋਂ ਈਰਖਾ ਖਤਮ ਹੋਣੀ ਸ਼ੁਰੂ ਹੋ ਜਾਂਦੀ, ਅਸੀਂ ਬਹੁਤ ਸੌਖੇ ਹੋਣ ਲੱਗ ਜਾਂਦੇ ਹਾਂ। ਇਹੋ ਹੀ ਇਸ ਰਸਤੇ 'ਤੇ ਚੱਲਣ ਵਾਸਤੇ ਜੋ ਸੱਚ ਪਾਤਸ਼ਾਹ ਦੇ ਉਪਦੇਸ਼ ਨੇ, ਮੈਂ ਛੋਟੀਆਂ ਛੋਟੀਆਂ ਸੱਚ ਪਾਤਸ਼ਾਹ ਦੀਆਂ ਬਚਨ ਤੁਹਾਨੂੰ ਯਾਦ ਕਰਾ ਕੇ, ਇਹ ਕੋਸ਼ਿਸ਼ ਆਪਾਂ ਕਰੀਏ ਕਿ ਕਿਸੇ ਦੀ ਨਿੰਦਿਆ ਨਾ ਹੋਵੇ। ਇਹ ਆਪਾਂ ਕੌਨਸ਼ੀਅਸਲੀ ਕੋਸ਼ਿਸ਼ ਕਰ ਲਈਏ ਕਿ ਅਸੀਂ ਕਿਸੇ ਦੀ ਬੁਰਾਈ ਨਾ ਕਰੀਏ। ਜਦੋਂ ਅਸੀਂ ਬੁਰਾਈ ਕਰਦੇ ਹਾਂ, ਉਹ ਬੁਰਾਈ ਅਸੀਂ ਘਰ ਵਿੱਚ ਬੈਠ ਕੇ ਕਰਦੇ ਹਾਂ, ਸਾਡੇ ਬੱਚੇ ਸੁਣਦੇ ਨੇ, ਨਿੰਦਿਆ ਸੁਣਦੇ ਨੇ, ਉਹ ਬੱਚੇ ਧਰਮ ਤੋਂ ਵੀ ਦੂਰ ਹੋ ਜਾਂਦੇ ਨੇ। ਉਹ ਬੱਚੇ ਹੌਲੀ ਹੌਲੀ ਜਿਹੜੇ ਸਾਡੇ ਮੁੱਢਲੇ ਇਨਸਾਨੀਅਤ ਦੇ ਅਸੂਲ ਨੇ ਉਹਨਾਂ ਤੋਂ ਵੀ ਦੂਰ ਹੋਣੇ ਸ਼ੁਰੂ ਹੋ ਜਾਂਦੇ ਨੇ। ਇਸ ਕਰਕੇ ਅਸੀਂ ਇਸ ਗੱਲ 'ਤੇ ਕਰ ਲਈਏ ਕਿ ਅਸੀਂ ਇਹ ਸਮਝ ਕੇ ਜਦੋਂ ਅਸੀਂ ਕਿਸੇ ਦੀ ਬੁਰਾਈ ਕਰਨ ਲੱਗਦੇ ਹਾਂ ਕਿ ਅਸੀਂ ਸਾਡੇ ਮਨ ਵਿੱਚ ਇਹ ਆ ਜਾਵੇ ਕਿ ਉਹ ਕਿਹਦਾ ਬਣਾਇਆ, ਕਿ ਉਹ ਮੇਰੇ ਪਿਆਰੇ ਪਰਮਾਤਮਾ ਦਾ ਨਹੀਂ ਬਣਾਇਆ, ਉਹ ਮੇਰੇ ਸੱਜਣ ਦਾ ਨਹੀਂ ਬਣਾਇਆ। ਜੇ ਉਹਨੇ ਬਣਾਇਆ, ਉਹ ਨਾ ਕੋਈ ਚਤੁਰ ਹੈ, ਨਾ ਕੋਈ ਸਿਆਣਾ, ਨਾ ਕੋਈ ਮੂਰਖ ਹੈ। ਜਿੱਥੇ ਜਿੱਥੇ ਮੇਰੇ ਮਾਲਕ ਨੇ ਲਾਇਆ ਉੱਥੇ ਉੱਥੇ ਲੱਗਾ। ਉਹ ਅਵਸਥਾ ਪਹੁੰਚਣੀ ਬਹੁਤ ਦੂਰ ਹੈ, ਪਰ ਅਸੀਂ ਇਹਨਾਂ ਚੀਜ਼ਾਂ ਤੋਂ ਹਟ ਕੇ, ਈਰਖਾ ਛੱਡ ਕੇ, ਨਿੰਦਿਆ ਛੱਡ ਕੇ, ਉਹਨਾਂ ਚੀਜ਼ਾਂ ਵੱਲ ਇੱਕ ਕਦਮ ਤੁਰ ਸਕਦੇ ਹਾਂ। ਅਸੀਂ ਸੱਚੇ ਸਿੱਖ ਬਣਨ ਵੱਲ ਤੁਰ ਸਕਦੇ ਹਾਂ ਜਦੋਂ ਸਾਡੇ ਅੰਦਰ ਦਇਆ ਆਉਂਦੀ ਹੈ, ਜਦੋਂ ਸਾਡੇ ਅੰਦਰ ਹਰ ਇੱਕ ਵਾਸਤੇ ਪਿਆਰ ਹੁੰਦਾ ਹੈ, ਅਤੇ ਸਾਡੇ ਅੰਦਰ ਸਿੱਖੀ ਆਉਂਦੀ ਹੈ, ਸਾਡੇ ਅੰਦਰ ਸਤਿਗੁਰੂ ਰਾਮ ਸਿੰਘ ਆਉਂਦਾ, ਉਦੋਂ ਉਹ ਖੁਸ਼ੀ ਹੋਣ ਲੱਗ ਜਾਂਦੀ ਹੈ। ਹਾਲਾਂਕਿ ਉਹ ਚੀਜ਼ ਬੜੀ ਦੂਰ ਦੀ ਹੈ, ਮੈਂ ਸਮਝਦਾ ਕਿਰਪਾ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦੀ, ਜਿਹੜੀ ਆਪਾਂ ਗੱਲ ਕੀਤੀ ਸੀ, ਨਾਨਕ ਤਿੰਨਾ ਬਸੰਤ ਹੈ ਜਿਨ ਘਰ ਵਸਿਆ ਕੰਤ। ਉਹ ਅਵਸਥਾ ਵਾਸਤੇ ਆਪਾਂ ਅਰਦਾਸ ਤਾਂ ਕਰ ਸਕਦੇ ਹਾਂ, ਆਪਾਂ ਤੁਰ ਤਾਂ ਉਸ ਰਸਤੇ 'ਤੇ ਸਕਦੇ ਹਾਂ। ਥੋੜ੍ਹਾ ਜਿਹਾ ਹੋਰ ਪ੍ਰੈਕਟੀਕਲ ਰੂਪ ਵਿੱਚ ਆਉਂਦਿਆਂ ਹੋਇਆਂ, ਆਪਾਂ ਤੁਰਨਾ ਕਿਸ ਤਰ੍ਹਾਂ, ਮਾਫ਼ ਕਰਨਾ, ਇਹਨਾਂ ਗੱਲਾਂ ਦੀ ਸਮਝ ਵੀ ਨਹੀਂ ਆਉਂਦੀ ਜਿੰਨਾ ਚਿਰ ਆਪਾਂ ਉਸ ਰਸਤੇ 'ਤੇ ਤੁਰਦੇ ਨਹੀਂ। ਉਸ ਰਸਤੇ 'ਤੇ ਤੁਰਨ ਵਾਸਤੇ ਇੱਕ ਤਾਂ ਇਹ ਕੋਸ਼ਿਸ਼ ਕਰੋ, ਸਾਡੇ ਤੋਂ ਸਵੇਰ ਦਾ ਉੱਠਣਾ ਛੁੱਟਦਾ ਜਾਂਦਾ, ਰਾਤ ਨੂੰ ਬਹੁਤ ਲੰਬਾ ਸਮਾਂ ਨਾ ਜਾਗਿਆ ਕਰੋ, ਰਾਤ ਨੂੰ ਜਲਦੀ ਸੌਣ ਦੀ ਆਦਤ ਬਣਾ ਲਓ। ਬਹੁਤ ਮੁਸ਼ਕਲ ਹੈ, ਮੈਂ ਕਰੀਬ ਹਰ ਵਾਰੀ ਕਹਿੰਦਾ, ਪਰ ਇੱਕ ਲਾਈਫ ਸਟਾਈਲ 'ਚ ਆਪਣਾ ਚੇਂਜ ਲੈ ਆਓ। ਜਦੋਂ ਤੁਸੀਂ ਰਾਤ ਨੂੰ ਜਲਦੀ ਸੌਣ ਦੀ ਆਦਤ ਬਣਾਓਗੇ, ਕੁਛ ਟਾਈਮ ਲੱਗੇਗਾ, ਅਤੇ ਸਵੇਰੇ ਜਲਦੀ ਉੱਠਣ ਦੀ ਆਦਤ ਬਣਾ ਲਓ, ਸਵੇਰੇ ਉੱਠ ਕੇ ਇਸ਼ਨਾਨ ਕਰੋ,
ਕੋਸ਼ਿਸ਼ ਕਰੋ ਕਿ ਜਦੋਂ ਅਸੀਂ ਬੈਠੀਏ ਸਾਡਾ ਮਨ ਸਤਿਗੁਰੂ ਰਾਮ ਸਿੰਘ ਸੱਚ ਪਾਤਸ਼ਾਹ ਦੇ ਚਰਨਾਂ ਵਿੱਚ ਲੱਗੇ, ਸਾਡੇ ਸਾਹਮਣੇ ਹੋਰ ਕੁਛ ਨਾ ਹੋਵੇ, ਸਿਰਫ ਸੱਚ ਪਾਤਸ਼ਾਹ ਦੀ ਮੂਰਤ ਹੋਵੇ, ਅਸੀਂ ਪੂਰੇ ਇਕਾਗਰ ਚਿੱਤ ਨਾਲ ਅਸੀਂ ਨਾਮ ਸਿਮਰਨ ਕਰ ਸਕੀਏ। ਸੱਚ ਪਾਤਸ਼ਾਹ ਸਤਿਗੁਰੂ ਜਗਜੀਤ ਸਿੰਘ ਇੱਕ ਤਾਂ ਹੁਕਮ ਕਰਦੇ ਨੇ, ਤੁਸੀਂ ਕੋਸ਼ਿਸ਼ ਤਾਂ ਕਰਕੇ ਵੇਖੋ, ਸ਼ੁਰੂ 'ਚ ਇੱਕ ਮਿੰਟ ਵੀ ਨਹੀਂ ਟਿਕਦਾ। ਉਹ ਵਾਕਿਆ ਹੀ ਹੈ ਕਿ ਮਨ, ਉਹ ਹੁਕਮ ਕਰਦੇ ਨੇ, ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਪੂਰੀ ਕਿਰਪਾ ਵੱਲ ਨੂੰ ਆਪਾਂ ਮੰਗਣ ਵੱਲ ਨੂੰ ਤੁਰੀਏ, ਅਤੇ ਜਦੋਂ ਅਸੀਂ ਬੈਠਦੇ ਹਾਂ ਉਦੋਂ ਅਸੀਂ ਕੋਸ਼ਿਸ਼ ਕਰੀਏ 10 ਮਿੰਟ 15 ਮਿੰਟ 20 ਮਿੰਟ, ਇੱਕ ਘੰਟਾ ਨਾਮ ਸਿਮਰਨ ਕਰਨਾ, ਉਹਦੇ 'ਚੋਂ ਕੁਛ ਚਿਰ ਵਾਸਤੇ ਤਾਂ ਸਾਡਾ ਮਨ ਲੱਗੇ, ਕੁਛ ਚਿਰ ਵਾਸਤੇ ਸਾਡੇ ਅੰਦਰੋਂ ਸਾਰੇ ਵੈਰ ਵਿਰੋਧ, ਸਾਰੀਆਂ ਚਿੰਤਾ ਨਿਕਲ ਜਾਣ, ਸਾਡੇ ਮਨ 'ਚ ਵੀ ਆ ਜਾਵੇ ਕਿ ਜਿਸ ਸਿਰਜਣਹਾਰ ਨੇ ਮੈਨੂੰ ਪੈਦਾ ਕੀਤਾ, ਉਹਨੇ ਮੈਨੂੰ ਰੋਟੀ ਦੇਣੀ ਹੈ, ਉਹਨੇ ਮੈਨੂੰ ਰੱਖਿਆ ਕਰਨੀ ਹੈ, ਇਹ ਜੋ ਕੁਛ ਹੋ ਰਿਹਾ ਉਹ ਮਾਲਕ ਦੀ ਰਜ਼ਾ ਵਿੱਚ ਰਹਿ ਰਿਹਾ, ਬਾਕੀ ਤਾਂ ਇਹ ਸਾਰਾ ਕੁਝ ਝੂਠ ਹੈ, ਸੱਚ ਉਹ ਮੇਰਾ ਮਾਲਕ ਹੈ। ਥੋੜ੍ਹਾ ਥੋੜ੍ਹਾ ਸੋਚਾਂਗੇ ਅਤੇ ਆਪੇ ਹੌਲੀ ਹੌਲੀ ਕਿਰਪਾ ਹੋਣ ਲੱਗ ਜਾਂਦੀ ਹੈ, ਪਰ ਉਸ ਪਾਸੇ ਤੁਰਨਾ ਜ਼ਰੂਰੀ ਹੈ। ਇੱਕ ਮੈਂ ਅਰਜ ਕਰਦਾ ਕਿ ਗੁਰਮੁਖੀ ਨਾਲ ਬੱਚਿਆਂ ਨੂੰ ਜ਼ਰੂਰ ਜੋੜ ਲਓ। ਖਾਸ ਕਰਕੇ ਮੈਂ ਇਹ ਕਹਿੰਦਾ, ਵੈਸੇ ਤਾਂ ਸਾਡਾ ਵਿਰਸਾ ਹਰ ਇੱਕ ਨੂੰ, ਭਾਵੇਂ ਕੋਈ ਬੰਗਾਲੀ ਹੈ, ਤਮਿਲੀਅਨ ਹੈ, ਕੰਨੜ ਗਾ, ਆਪਣਾ ਵਿਰਸਾ ਸੰਭਾਲ ਕੇ ਰੱਖਦਾ। ਪੰਜਾਬੀ ਹੁੰਦਿਆਂ ਹੋਇਆਂ ਅਸੀਂ ਪੰਜਾਬੀ ਤੋਂ ਦੂਰ ਨਾ ਹੋ ਜਾਈਏ, ਔਰ ਗੁਰਮੁਖੀ ਵੀ ਸਾਨੂੰ ਜ਼ਰੂਰ ਆਵੇ, ਪਰ ਮੈਂ ਖਾਸ ਕਰਕੇ ਇਸ ਕਰਕੇ ਕਹਿੰਦਾ ਕਿ ਜੇ ਬੱਚਿਆਂ ਨੂੰ ਗੁਰਮੁਖੀ ਆਏਗੀ, ਪੰਜਾਬੀ ਆਏਗੀ, ਉਹ ਵਡਮੁੱਲੀ ਗੁਰਬਾਣੀ ਅਸੀਂ ਪੜ੍ਹ ਸਕਾਂਗੇ, ਉਹਦੇ ਨਾਲ ਅਸੀਂ ਜੁੜ ਸਕਾਂਗੇ। ਇਹ ਬੜਾ ਉੱਦਮ ਕੀਤਾ ਹੈ ਬੱਚਿਆਂ ਨੇ, 9ਵੇਂ ਪਾਤਸ਼ਾਹ ਦੇ ਸਲੋਕ ਪੜ੍ਹੇ ਨੇ। ਮੇਰਾ ਦਿਲ ਕਰਦਾ ਕਿ ਉਹ ਜਿਨ੍ਹਾਂ ਬੱਚਿਆਂ ਨੇ ਪੜ੍ਹੇ ਨੇ ਉਹ ਕੋਸ਼ਿਸ਼ ਕਰਨ ਕਿ ਉਹ ਸਾਰੀਆਂ ਪਾਠੀ ਬਣ ਸਕਣ। ਕੋਈ ਬਹੁਤ ਔਖਾ ਨਹੀਂ, ਜਿਨ੍ਹਾਂ ਨੂੰ ਪੰਜਾਬੀ ਆਉਂਦੀ ਹੈ ਜੇ ਉਹ ਮਿਹਨਤ ਕਰਨ, ਮਹੀਨੇ 2 ਮਹੀਨੇ 'ਚ ਪਾਠ ਸਿੱਖ ਲੈਂਦੇ ਨੇ। ਉਸ ਤੋਂ ਬਾਅਦ ਤੁਹਾਡੀ ਆਪਣੀ ਮਿਹਨਤ ਕਰਨ 'ਤੇ ਹੈ ਕਿ ਪਹਿਲਾਂ ਅਸੀਂ ਗੁਰਬਾਣੀ ਪੜ੍ਹਨ ਲੱਗੀਏ। ਜਦੋਂ ਅਸੀਂ ਪੜ੍ਹਾਂਗੇ, ਕੋਈ ਇੱਕ ਤੁੱਕ ਕਿਤੇ ਸਾਡੇ ਹਿਰਦੇ 'ਚ ਵੱਸ ਜਾਏਗੀ, ਉਹ ਇੱਕ ਤੁੱਕ ਵੀ ਸਾਡੇ ਹਿਰਦੇ 'ਚ ਵੱਸ ਗਈ ਅਤੇ ਸਾਡਾ ਜੀਵਨ ਬਦਲ ਜਾਂਦਾ। ਉਹ ਸੱਚੀ ਮੁੱਚੀ ਸਾਡਾ ਜੀਵਨ ਬਦਲ ਜਾਂਦਾ। ਕਿਸ ਕਰਕੇ? ਇਹ ਗੁਰਬਾਣੀ ਕੋਈ ਇਹ ਨਹੀਂ ਕਿ ਕਿਸੇ ਨੇ ਗੀਤ ਲਿਖ ਦਿੱਤਾ, ਗੁਰਬਾਣੀ ਉਦੋਂ ਲਿਖੀ ਗਈ ਹੈ, ਉਦੋਂ ਉਚਾਰੀ ਗਈ ਹੈ ਜਦੋਂ ਮਨੁੱਖ ਰੂਪ ਵਿੱਚ ਨਿਰੰਕਾਰ ਆਇਆ। ਜਿੱਥੇ ਨਿਰੰਕਾਰ ਪ੍ਰਗਟ ਹੋਇਆ, ਜਿਸ ਘਰ ਵਿੱਚ ਆਪਾਂ ਘਰ ਦੀ ਗੱਲ ਕਰਦੇ ਸੀ, ਜਿਸ ਘਰ ਵਿੱਚ ਨਿਰੰਕਾਰ ਪ੍ਰਗਟ ਹੋਇਆ ਉੱਥੋਂ ਗੁਰਬਾਣੀ ਉਚਾਰੀ ਹੈ। ਸੋ ਇਹ ਸਾਰਿਆਂ ਨੂੰ ਸਿਰਜਣਹਾਰ ਦਾ ਹੀ ਹੁਕਮ ਸਮਝ ਕੇ ਆਪਾਂ ਉਸ ਗੁਰਬਾਣੀ ਨਾਲ ਆਪਣੇ ਬੱਚਿਆਂ ਨੂੰ ਜੋੜੀਏ, ਨਾਮ ਸਿਮਰਨ ਨਾਲ ਜੋੜੀਏ, ਹੌਲੀ ਹੌਲੀ ਆਪਣੀਆਂ ਚਿੰਤਾ ਘੱਟ ਜਾਣ, ਆਪਣਾ ਜੀਵਨ ਆਪਣੇ ਆਪ ਸੌਖਾ ਹੋ ਜਾਵੇ। ਨਹੀਂ ਤਾਂ ਹਰ ਕੋਈ ਚਿੰਤਾ ਵਿੱਚ ਗਰਸਿਆ ਪਿਆ, ਕੋਈ ਅਮੀਰ ਹੈ, ਕੋਈ ਗਰੀਬ ਹੈ, ਕਿਸੇ ਦਾ ਆਈਲੈਟ ਨਹੀਂ ਹੁੰਦਾ, ਕਿਸੇ ਦਾ ਵੀਜ਼ਾ ਨਹੀਂ ਲੱਗਦਾ, ਕਿਸੇ ਦੇ 98% ਆ ਗਏ ਨੇ, ਉਹ ਚਾਹੁੰਦਾ ਮੇਰੇ 99 ਆ ਜਾਣ। ਸੈਟਿਸਫੈਕਸ਼ਨ ਨਹੀਂ ਆਉਂਦੀ ਕਿਸੇ ਲੈਵਲ 'ਤੇ ਵੀ ਨਹੀਂ ਆਉਂਦੀ, ਭਾਵੇਂ ਉਹ ਲੱਖਾਂ ਕਰੋੜਾਂ ਵਿੱਚ ਖੇਡਦਾ, ਨਹੀਂ ਆਉਂਦੀ। ਜਦੋਂ ਅਸੀਂ ਇਸ ਰਸਤੇ 'ਤੇ ਤੁਰਦੇ ਹਾਂ, ਸਾਡੀ ਤ੍ਰਿਸ਼ਨਾ ਬੁੱਝਣ ਲੱਗ ਜਾਂਦੀ ਹੈ। ਇਹਦਾ ਮਤਲਬ ਇਹ ਨਹੀਂ ਕਿ ਅਸੀਂ ਛੱਡ ਦਿੰਦੇ ਹਾਂ, ਸਾਡੇ ਸੱਚ ਪਾਤਸ਼ਾਹ ਨੇ, ਜੇ ਅਸੀਂ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਗੱਲ ਕਰਦੇ ਹਾਂ, ਉਹਨਾਂ ਨੇ ਆਪ ਵਾਹੀ ਕੀਤੀ, ਆਪਣੇ ਹੱਥੀਂ ਕੰਮ ਕੀਤਾ। ਜੇ ਅਸੀਂ ਸਤਿਗੁਰੂ ਰਾਮ ਸਿੰਘ ਸੱਚ ਪਾਤਸ਼ਾਹ ਦੀ ਗੱਲ ਕਰਦੇ ਹਾਂ, ਉਹਨਾਂ ਦਿਹਾੜੀ ਕੀਤੀ, ਉਹਨਾਂ ਦੁਕਾਨ ਕੀਤੀ, ਉਹਨਾਂ ਵਾਹੀ ਕੀਤੀ, ਹਰ ਛੋਟੇ ਤੋਂ ਛੋਟਾ ਕੰਮ ਆਪਣੇ ਹੱਥੀਂ ਕੀਤਾ। ਪਰ ਇਹ ਕਰਦਿਆਂ, ਇਸ ਦੁਨੀਆਂ ਵਿੱਚ ਰਹਿੰਦਿਆਂ ਹੋਇਆਂ ਪ੍ਰਾਪਤੀ ਕੀ ਕਰਨੀ ਹੈ? ਉਹ ਡਿਟੈਚਮੈਂਟ ਹੋਵੇ, ਉਹ ਮਾਲਕ ਦੀ ਰਜ਼ਾ ਵਿੱਚ ਅਸੀਂ ਖੁਸ਼ ਰਹਿਣਾ ਸਿੱਖੀਏ।
ਇਹ ਗੱਲਾਂ ਨੂੰ ਸਮਝਣ ਵਾਸਤੇ ਵੀ ਆਪਾਂ ਹੌਲੀ ਹੌਲੀ ਇਸ ਰਸਤੇ 'ਤੇ ਜ਼ਰੂਰ ਤੁਰੀਏ। ਬਹੁਤ ਜਾਣਿਆਂ ਨੇ ਸੇਵਾ ਕੀਤੀ ਹੈ, ਕਿਸੇ ਨੇ ਮਾਇਆ ਦੀ ਸੇਵਾ ਕੀਤੀ ਹੈ, ਕਿਸੇ ਨੇ ਪਹਿਰੇ ਦੀ ਸੇਵਾ ਕੀਤੀ ਹੈ, ਲੰਗਰ ਦੀ ਸੇਵਾ ਕੀਤੀ ਹੈ। ਉਹਨਾਂ ਦੇ ਬੜੇ ਹੀ ਵੱਡੇ ਭਾਗ ਨੇ ਜਿਨ੍ਹਾਂ ਨੇ ਇਹ ਦਿਲੋਂ ਸੇਵਾ ਕੀਤੀ ਹੈ। ਧੰਨਵਾਦ ਬੜਾ ਛੋਟਾ ਸ਼ਬਦ ਹੈ। ਇਹ ਸੇਵਾ ਕਰਨ ਨਾਲ ਮਨ ਵਿੱਚ ਨਿਰਮਾਣਤਾ ਆਉਂਦੀ ਹੈ। ਜਦੋਂ ਮਨ ਜਿੰਨਾ ਚਿਰ ਮਨ ਵਿੱਚ ਨਿਰਮਾਣਤਾ ਨਹੀਂ ਆਉਂਦੀ ਨਾ, ਜਿੰਨਾ ਚਿਰ ਆਪਾਂ ਹੰਕਾਰ ਪੱਲੇ ਬੰਨ੍ਹੀ ਫਿਰਦੇ ਹਾਂ, ਉਹਨਾਂ ਚਿਰ ਸਿੱਖੀ ਦੀ ਪਹਿਲੀ ਕਲਾਸ ਵੀ ਨਹੀਂ ਸ਼ੁਰੂ ਹੁੰਦੀ। ਜਦੋਂ ਇਹ ਨਿਰਮਾਣਤਾ ਆ ਜਾਂਦੀ ਹੈ ਕਿ ਮੈਂ ਸਾਰਿਆਂ ਤੋਂ ਬੁਰਾ ਹਾਂ, ਮੈਨੂੰ ਛੱਡ ਕੇ ਸਾਰੇ ਹੀ ਚੰਗੇ ਨੇ, ਉਦੋਂ ਸਮਝ ਲਓ ਸਿੱਖੀ ਦੀ ਸ਼ੁਰੂਆਤ ਹੁੰਦੀ ਹੈ। ਸੇਵਾ ਕਰਨ ਦਾ, ਭਾਂਡੇ ਮਾਂਜਣ ਦਾ, ਭਾਂਡੇ ਧੋਣ ਦਾ, ਪੰਗਤ ਵਿੱਚ ਬਹਿ ਕੇ ਛਕਣ ਦਾ, ਇਹ ਸਿੱਖੀ ਹੈ ਸਾਡੀ। ਇਸ ਗੱਲ ਦੀ ਕੋਈ ਸ਼ਰਮ ਨਾ ਕਰਿਆ ਕਰੋ। ਇੱਥੇ ਆ ਕੇ ਤੁਸੀਂ ਝਾੜੂ ਮਾਰੋ, ਇੱਥੇ ਆ ਕੇ ਤੁਸੀਂ ਸੰਗਤ ਦੇ ਜੋੜੇ ਚੁੱਕੋ, ਇੱਥੇ ਆ ਕੇ ਵਲੰਟੀਅਰ ਬਣੋ। ਇਹਨਾਂ ਚੀਜ਼ਾਂ ਨਾਲ ਤੁਹਾਡੇ ਮਨ ਵਿੱਚ ਨਿਰਮਾਣਤਾ ਆਉਂਦੀ ਹੈ। ਉਹ ਕਰਦਿਆਂ ਕਰਦਿਆਂ ਨਾਲ ਨਾਮ ਸਿਮਰਨ ਕਰੋ। ਇਸ ਕਰਕੇ ਮੈਂ ਉਹਨਾਂ ਸੇਵਕਾਂ ਦਾ ਜਿਨ੍ਹਾਂ ਨੇ ਸੇਵਾ ਕੀਤੀ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ। ਮੈਂ ਸਮਝਦਾ ਉਹਨਾਂ ਦੇ ਵੱਡੇ ਭਾਗ ਨੇ। ਸਤਿਗੁਰੂ ਸੱਚ ਪਾਤਸ਼ਾਹ ਦੇ ਚਰਨਾਂ ਵਿੱਚ ਅਰਜੇ, ਇਸ ਜ਼ਮਾਨੇ ਵਿੱਚ ਜਦੋਂ ਈਰਖਾ ਦਾ ਬਹੁਤ ਜ਼ਿਆਦਾ ਪ੍ਰਸਾਰ ਹੈ, ਜਦੋਂ ਮੈਟੀਰੀਅਲਿਜ਼ਮ ਦਾ ਬਹੁਤ ਜ਼ਿਆਦਾ ਪ੍ਰਸਾਰ ਹੈ, ਉਦੋਂ ਸਾਡੇ 'ਤੇ ਕਿਰਪਾ ਕਰ, ਸਾਨੂੰ ਆਪਣੇ ਨਾਲ ਜੋੜ ਕੇ ਰੱਖ, ਸਾਨੂੰ ਤੂੰ ਨਾ ਭੁੱਲੇ, ਅਸੀਂ ਤੇਰੇ ਨਾਲ, ਅਸੀਂ ਉਹ ਇੱਕ ਨਾਲ ਜੁੜ ਜਾਈਏ, ਅਸੀਂ ਹੋਰ ਕਿਸੇ ਦੀ ਨਾ ਆਸ ਕਰੀਏ, ਬਾਕੀ ਸਾਰੀਆਂ ਆਸਾਂ ਛੱਡ ਕੇ ਅਸੀਂ ਤੇਰੇ ਨਾਲ ਜੁੜ ਜਾਈਏ, ਅਸੀਂ ਤੇਰੇ ਨਾਲ ਬਣ ਜਾਈਏ, ਤਾਂ ਕਿ ਸਾਡੇ ਵਿੱਚ ਵੀ ਉਹ ਅਸਲੀ ਬਸੰਤ ਆ ਜਾਵੇ ਜਿਹੜੀ ਸੱਚੇ ਪਾਤਸ਼ਾਹ ਹੁਕਮ ਕੀਤਾ, ਨਾਨਕ ਤਿੰਨਾ ਬਸੰਤ ਹੈ ਜਿਨ ਘਰ ਵਸਿਆ ਕੰਤ। ਇੱਕ ਦੋ ਮੈਂ ਵਿਹਾਰੀ ਅਰਜ਼ਾਂ ਕਰਨੀਆਂ ਚਾਹੁੰਦਾ। ਇੱਕ ਆਪਣੇ ਰਾਗੀ ਸ਼ਾਮ ਸਿੰਘ ਜੀ ਨੇ ਇੱਥੇ ਸ਼ਬਦ ਭੇਜੇ ਹੋਏ ਨੇ, 11,000 ਪਾਠ ਸ਼ੁਰੂ ਕੀਤੇ ਨੇ, ਉਹ ਸ਼ਬਦ ਬਹੁਤ ਘੱਟ ਸਰੀਰਾਂ ਨੇ ਲਏ ਨੇ। ਉਹ ਜਿਹੜੇ ਜਿਹੜੇ ਵੀ ਐਡਮਿਨ ਨੇ ਇੱਥੇ ਉਹ ਤੁਹਾਨੂੰ ਦੱਸ ਦੇਣਗੇ, ਤੁਸੀਂ ਉਹਨਾਂ ਕੋਲੋਂ ਸ਼ਬਦ ਲਓ, ਉਹਨਾਂ ਕੋਲੋਂ ਸ਼ਬਦ ਲੈ ਕੇ ਕਰੋ। ਇੱਕ ਮੈਂ ਹੋਰ ਗੱਲ ਕਰਨੀ ਚਾਹੁੰਦਾ, ਇੱਕ ਬਹਾਨਾ ਬਣ ਜਾਏਗਾ। ਤੁਸੀਂ ਅੱਗੇ ਵੀ ਪਹਿਲੇ ਵੀ ਕਰਦੇ ਰਹੇ ਨੇ, ਹਰਪਾਲ ਸਿੰਘ ਨੂੰ ਪਤਾ, ਜੇ ਤੁਸੀਂ ਨੌਜਵਾਨ ਰਲ ਕੇ ਇੱਕ ਇੱਕ ਰੌਲ ਵਰਨੀ 'ਚ ਲਾ ਲਿਆ ਕਰੋ, ਉਹ ਇੱਕ ਦਿਨ ਵਾਸਤੇ ਸੋਧ ਰੱਖ ਲਿਆ ਕਰੋ, ਉਸ ਦਿਨ ਦੋ ਰੌਲਾਂ ਲਾ ਲਿਆ ਕਰੋ। ਮੇਰਾ ਖਿਆਲ ਹੈ ਕਿ ਤੁਸੀਂ ਇੰਨੇ ਨੌਜਵਾਨ ਹੋ, ਇੱਥੋਂ ਤੁਹਾਡੀ ਵਾਰੀ ਸ਼ਾਇਦ ਮਹੀਨੇ ਬਾਅਦ ਆਵੇ, ਨਹੀਂ ਤਾਂ 15 ਦਿਨ ਬਾਅਦ ਆਏਗੀ। 15 ਦਿਨ ਬਾਅਦ ਇੱਕ ਦਿਨ ਅਸੀਂ ਸੋਧ ਰੱਖ ਕੇ ਵਰਨੀ ਵਿੱਚ ਰੌਲ ਲਾਇਆ ਕਰੀਏ, ਉਹ ਇਸ ਬਹਾਨੇ ਨਾਮ ਸਿਮਰਨ ਹੋ ਜਾਏਗਾ, ਵਰਨੀ ਆਪਣੀ ਹੋਰ ਵੀ ਵਧੀਆ ਹੋ ਜਾਏਗੀ। ਇੱਕ ਇਹ ਇੰਨਾ ਕੁ ਵੀ ਤੁਸੀਂ ਕਰ ਲਓ, ਕਿਉਂਕਿ ਜੋ ਆਪਾਂ ਖਾਂਦੇ ਪੀਂਦੇ ਹਾਂ, ਕਈ ਬਹੁਤ ਕਹਿ ਜਾਂਦੇ ਨੇ ਜੀ ਖਾਣ ਪੀਣ 'ਚ ਕੀ ਪਿਆ, ਦਿਲ ਸਾਫ਼ ਹੁੰਦਾ। ਜਦੋਂ ਤੁਸੀਂ ਇਸ ਪਾਸੇ ਤੁਰਦੇ ਹੋ ਨਾ, ਖਾਣ ਪੀਣ 'ਚ ਸਾਰਾ ਕੁਛ ਹੀ ਪਿਆ, ਤੁਸੀਂ ਕੀ ਖਾਂਦੇ ਹੋ ਤੁਹਾਡੇ ਮਨ 'ਤੇ ਉਸ ਚੀਜ਼ ਦਾ ਅਸਰ ਹੁੰਦਾ। ਤੁਸੀਂ ਕਿਹਦਾ ਕਮਾਇਆ ਹੋਇਆ ਖਾਂਦੇ ਹੋ ਉਸ ਚੀਜ਼ ਦਾ ਤੁਹਾਡੇ ਮਨ 'ਤੇ ਅਸਰ ਹੁੰਦਾ। ਅਸੀਂ ਕਿੰਨੀਆਂ ਵੀ ਬਰੀਕੀਆਂ ਚਲੇ ਜਾਈਏ। ਸੋ ਇੱਕ ਮੈਂ ਅਰਜ਼ ਕਰਦਾ ਕਿ ਨਾਮ ਲਿਖਾਓ ਨੌਜਵਾਨ, ਆਪਾਂ ਇਹ ਸ਼ੁਰੂ ਕਰੀਏ, ਅਤੇ ਵਰਨੀ 'ਚ ਇੱਕ ਇੱਕ ਰੌਲ ਲਾਇਆ ਕਰੋ, ਕੋਈ ਇਹ ਔਖਾ ਕੰਮ ਨਹੀਂ। ਆਪਣੇ ਬਸਤਰ ਬਣਾ ਲਓ ਅਤੇ ਅੰਮ੍ਰਿਤ ਛੱਕ ਕੇ ਆਪਾਂ ਸ਼ੁਰੂ ਕਰੀਏ। ਨਹੀਂ ਅਰਜ਼ ਕਰਕੇ ਆਗਿਆ ਲੈਣਾ ਜੀ। ਸਤਿ ਸ਼੍ਰੀ ਅਕਾਲ।